ਇਹ ਵੀਡੀਓ ਆਰਟ ਅਤੇ ਸਾਇੰਸ ਦਾ ਮਿਲਾਵ ਹੈ। ਇੱਕ ਗੱਠ ਬੰਨੋ। ਰੰਗੀਨ ਕਾਗਜ਼ 15 ਸੈਂਟੀਮੀਟਰ ਲੰਬਾ ਅਤੇ 1.5 ਸੈਂਟੀਮੀਟਰ ਚੌੜੇ ਕਾਗਜ਼ ਦੀ। ਜਦ ਗੱਠ ਦੇ ਦੋਨੋਂ ਸਿਰੇ ਤੁਸੀਂ ਖਿੱਚੋਗੇ ਤਾਂ ਤੁਹਾਨੂੰ ਲੰਮਾ ਚੌੜਾ ਪੈਂਟਾਗਨ ਆਕਾਰ ਸੈਂਟਰ ਬਣਿਆ ਦਿਖੇਗਾ। ਪੈਂਟਾਗਨ ਦੇ ਦੋਨੋਂ ਕੋਨਿਆਂ 'ਤੇ ਛੋਟੀ ਸਟ੍ਰਿਪ ਭਾਵ ਹਿੱਸੇ ਨੂੰ ਛੱਡ ਦਿਓ। ਹੁਣ ਨੀਲੇ ਰੰਗ ਨਾਲ ਦੋਨੋਂ ਕੋਨੇ 'ਤੇ ਲਾਈਨ ਲਗਾਓ ਅਤੇ ਕੱਟ ਦਿਓ। ਕੱਟਣ ਤੋਂ ਬਾਅਦ ਤੁਹਾਨੂੰ ਚਿੜੀ ਦੀ ਪੂੰਛ ਬਣੀ ਦਿਖੇਗੀ, ਇੱਕ ਪਾਸੇ ਅਤੇ ਦੂਜੇ ਪਾਸੇ ਪੂੰਛ। ਇਹ ਬਰਡ ਆਫ ਪੈਰਾਡਾਈਸ ਹੈ। ਇਸ ਨੂੰ ਦਿਖਾਏ ਅਨੁਸਾਰ ਬਣਾ ਸਕਦੇ ਹੋ। ਇਸ ਦੀਆਂ ਅੱਖਾਂ ਬਣਾ ਲਵੋ। ਇਸ ਤਰ੍ਹਾਂ ਹੋਰ ਚਿੜੀਆਂ ਬਣਾ ਕੇ ਤੁਸੀਂ ਉਹਨਾਂ ਨੂੰ ਸੂਈ ਧਾਗੇ ਨਾਲ ਪਰੋ ਸਕਦੇ ਹੋ ਅਤੇ ਇਸ ਤਰ੍ਹਾਂ ਖਿੜਕੀ ਅਤੇ 'ਤੇ ਟੰਗ ਲਵੋ ਅਤੇ ਇਹ ਹਵਾ ਦੇ ਝੌਂਕੇ ਦੇ ਨਾਲ ਉੱਡਦੀਆਂ ਦਿਖ ਸਕਦੀਆਂ ਹਨ ਅਤੇ ਇਹ ਬਹੁਤ ਖੂਬਸੂਰਤ ਲੱਗਦੀਆਂ ਹਨ।